ਗੁਰੂ ਪਿਆਰੀ ਸਤਿ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਗੁਰਬਾਣੀ ਦੇ ਵਿੱਚੋਂ ਸਮਝਣ ਦਾ ਯਤਨ ਕਰਾਂਗੇ ਕਿ ਔਖੀ ਘੜੀ ਕੀ ਹੈ, ਔਰ ਇਸ ਸ਼ਬਦ ਨੂੰ ਅਸੀਂ ਹੁਕਮਨਾਮੇ ਦੇ ਰੂਪ ਦੇ ਵਿੱਚ ਵੀ ਪੜ੍ਹਦੇ ਹਾਂ। ਜਿਸ ਸ਼ਬਦ ਦੇ ਨਾਲ ਸੰਬੰਧਿਤ ਆਪ ਸਿੱਖ ਸੰਗਤਾਂ ਦੇ ਨਾਲ ਮੈਂ ਵਿਚਾਰ ਕਰਨੀ ਹੈ, ਧਨਾਸਰੀ ਰਾਗ ਦੇ ਸਿਰਲੇਖ ਹੇਠ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 682 ਦੇ ਉੱਪਰ ਸੁਸ਼ੋਭਿਤ ਹੈ। ਨਾਲ ਦੀ ਨਾਲ ਜਿੱਥੇ ਆਪਾਂ ਔਖੀ ਘੜੀ ਦਾ ਕੰਸੈਪਟ ਵਿਚਾਰਨਾ ਹੈ, ਉੱਥੇ ਇਸ ਸ਼ਬਦ ਦੇ ਸਹੀ ਵਿਸ਼ਰਾਮ ਔਰ ਉਚਾਰਨ ਸਿੱਧਾਂ ਵੱਲ ਅਸੀਂ ਧਿਆਨ ਦੇਵਾਂਗੇ ਜੀ। ਸਭ ਤੋਂ ਪਹਿਲਾਂ ਇਸ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ, ਰਹਾਓ ਵਾਲਾ ਬੰਦ, ਜਿਸ ਦੇ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਆਦਿ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ। ਹੁਣ ਜਦੋਂ ਆਪਾਂ ਰਹਾਓ ਵਾਲੀਆਂ ਇਹਨਾਂ ਪੰਕਤੀਆਂ ਨੂੰ ਧਿਆਨ ਦੇ ਨਾਲ ਬਰੀਕੀ ਦੇ ਨਾਲ ਸਮਝਦੇ ਹਾਂ ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਕੀਤੇ ਹਨ, ਜਦੋਂ ਮੇਰਾ ਪ੍ਰਭੂ ਪਰਮਾਤਮਾ ਜੀ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਚਿੱਤ ਲੱਗ ਗਿਆ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਉਹ ਪ੍ਰਭੂ ਜਿਹੜਾ ਆਦਿ ਅੰਤ ਪ੍ਰਭ ਸਦਾ ਸਹਾਈ, ਆਦਿ ਤੋਂ ਲੈ ਕੇ ਅੰਤ ਤੱਕ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਮਨੁੱਖ ਦਾ ਮਦਦਗਾਰ ਬਣਿਆ ਰਹਿੰਦਾ ਹੈ, ਸਹਾਇਤਾ ਕਰਦਾ ਹੈ, ਧੰਨ ਹਮਾਰਾ ਮੀਤ, ਧੰਤਾ ਦੇ ਯੋਗ ਉਹ ਸਾਡਾ ਮਿੱਤਰ। ਹੁਣ ਇਹਨਾਂ ਪੰਕਤੀਆਂ ਤੋਂ ਬਾਅਦ ਸ਼ਬਦ ਦੇ ਪਹਿਲੇ ਬੰਦ ਅੰਦਰ ਸ਼ਬਦ ਦੇ ਪਹਿਲੇ ਬੰਦ ਵੱਲ ਅਸੀਂ ਧਿਆਨ ਦੇਣਾ ਹੈ। ਸਭ ਤੋਂ ਪਹਿਲਾਂ ਸ਼ਬਦ ਦੇ ਪਹਿਲੇ ਬੰਦ ਅੰਦਰ ਮਹਾਰਾਜ ਜੀ ਕਹਿਣ ਲੱਗੇ, ਔਖੀ ਘੜੀ ਨਾ ਦੇਖਣ ਦੇਈ। ਆਮ ਤੌਰ 'ਤੇ ਕੀ ਵੇਖਿਆ ਜਾਂਦਾ ਹੈ ਕਿ ਜਦੋਂ ਸਾਡਾ ਪ੍ਰਚਾਰਕ ਤਬਕਾ, ਚਾਹੇ ਉਹ ਰਾਗੀ ਸਿੰਘ ਹੋਣ, ਚਾਹੇ ਢਾਡੀ ਸਿੰਘ ਹੋਣ, ਕਵੀਸ਼ਰ ਹੋਣ, ਚਾਹੇ ਕਥਾਵਾਚਕ ਸਿੰਘ ਹੋਣ, ਕਈ ਵਾਰ ਅਸੀਂ ਅਣਗਹਿਲੀ ਦੇ ਵਿੱਚ ਜਾਂ ਫਿਰ ਬੇਸਮਝੀਦਾ ਕਰਕੇ ਅਸੀਂ ਇਸ ਸ਼ਬਦ ਨੂੰ ਜਦੋਂ ਪੜ੍ਹਦੇ ਹਾਂ ਜਾਂ ਜਦੋਂ ਕੀਰਤਨ ਸੁਣਦੇ ਹਾਂ, ਉੱਥੇ ਸਾਨੂੰ ਉਚਾਰਨ ਦੇ ਵਿੱਚ ਫਰਕ ਮਿਲਦਾ ਹੈ, ਉਕਾਈ ਖਾ ਜਾਂਦੇ ਹਾਂ। ਸ਼ਬਦ ਪੜ੍ਹਿਆ ਜਾ ਰਿਹਾ ਹੁੰਦਾ ਹੈ, ਔਖੀ ਘੜੀ ਨਾ ਦੇਖਣ ਦੇਈ, ਹਾਲਾਂਕਿ ਸ਼ਬਦ ਦਾ ਜਿਹੜਾ ਸਹੀ ਉਚਾਰਨ ਹੈ ਉਹ ਬਿੰਦੀ ਸਹਿਤ ਨਹੀਂ, ਬਿੰਦੀ ਰਹਿਤ ਹੈ। ਦੱਦੇ ਨੂੰ ਲਾਂ ਈੜੀ ਵਿਹਾਰੀ, ਸ਼ਬਦ ਦੇਈ ਨਹੀਂ ਹੈ, ਸ਼ਬਦ ਦਾ ਉਚਾਰਨ ਹੈ ਦੇਈ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਦੇ ਰੱਖੇ ਆਪਣੇ ਕਹੋ, ਸਾਸ ਸਾਸ ਪ੍ਰਤਪਾਲੇ। ਸ਼ਬਦ ਦਾ ਸਹੀ ਉਚਾਰਨ ਇੱਕ ਵਾਰ ਫਿਰ ਸਮਝਦੇ ਹਾਂ। ਸ਼ਬਦ ਦੀ ਪਹਿਲੀ ਪੰਕਤੀ ਦੇ ਅੰਦਰ ਔਖੀ ਘੜੀ ਨਾ ਦੇਖਣ ਦੇਈ ਪਾਠ ਨਹੀਂ ਹੈ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ, ਹਾਥ ਜੀ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਕਹਿਣ ਲੱਗੇ ਉਹ ਮਾਲਕ ਆਪਣੇ ਸੇਵਕਾਂ ਨੂੰ ਜਿਹੜੇ ਇਸ ਕੰਡੀਸ਼ਨ ਨੂੰ ਫੋਲੋ ਕਰ ਲੈਂਦੇ ਹਨ, ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਉਹਨਾਂ ਨੂੰ ਔਖੀ ਘੜੀ ਦੇਖਣੀ ਨਹੀਂ ਦਿੰਦੇ। ਹੁਣ ਜੇ ਆਪਾਂ ਇਹਦਾ ਉਚਾਰਨ ਕਰਾਂਗੇ ਕਿ ਔਖੀ ਘੜੀ ਨਾ ਦੇਖਣ ਦੇ, ਇੱਕ ਅਰਥ ਤਾਂ ਇਹ ਬਣਦੇ ਹਨ ਕਿ ਮਾਲਕ ਜੀ, ਦਾਤਾ ਜੀ, ਵਾਹਿਗੁਰੂ ਜੀ, ਤੁਸੀਂ ਮੈਨੂੰ ਔਖੀ ਘੜੀ ਨਾ ਦੇਖਣ ਦਿਓ। ਪਰ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨੇ ਜਿਹੜੇ ਅਰਥ ਕੀਤੇ ਹਨ ਕਿ ਉਹ ਆਪਣੇ ਸੇਵਕਾਂ ਨੂੰ, ਆਪਣੇ ਪਿਆਰਿਆਂ ਨੂੰ ਔਖੀ ਘੜੀ ਵੇਖਣੀ ਨਹੀਂ ਦਿੰਦੇ। ਦੋਵਾਂ ਅਰਥਾਂ ਦੇ ਵਿੱਚ ਬਹੁਤ ਵੱਡਾ ਫਰਕ ਹੈ। ਇੱਕ ਅਰਥ ਦੇ ਵਿੱਚ ਜਿਹੜੀ ਸਮਝ ਉਹ ਪੈ ਰਹੀ ਹੈ ਕਿ ਇੱਕ ਜਗਿਆਸੂ ਅਰਦਾਸ ਬੇਨਤੀ ਕਰ ਰਿਹਾ ਹੈ, ਦਾਤਾ ਜੀ ਤੁਸੀਂ ਮੈਨੂੰ ਔਖੀ ਘੜੀ ਨਾ ਦੇਖਣ ਦਿਓ। ਪਰ ਸ਼ਬਦ ਦਾ ਜਿਹੜਾ ਸਹੀ ਭਾਵ ਹੈ, ਸ਼ਬਦ ਦੇ ਜਿਹੜੇ ਸਹੀ ਅਰਥ, ਉਹ ਇਹ ਹਨ ਕਿ ਰੱਬ ਜੀ ਆਪਣੇ ਸੇਵਕਾਂ ਨੂੰ ਔਖੀ ਘੜੀ ਕਦੇ ਦੇਖਣੀ ਹੀ ਨਹੀਂ ਦਿੰਦੇ। ਹੁਣ ਸਮਝਣਾ ਆਪਾਂ ਇਹ ਹੈ ਕਿ ਔਖੀ ਘੜੀ ਹੈ ਕੀ। ਗੁਰਬਾਣੀ ਦੇ ਵਿੱਚੋਂ ਆਪਾਂ ਇੱਕ ਸ਼ਬਦ ਲੈਂਦੇ ਹਾਂ ਜਿੱਥੇ ਇੱਕ ਜਗਿਆਸੂ ਮਾਲਕ ਜੀ ਦੇ ਹਜ਼ੂਰ ਅਰਦਾਸ ਬੇਨਤੀ ਕਰ ਰਿਹਾ ਹੈ, ਇੱਕ ਯਾਚਨਾ ਕਰ ਰਿਹਾ ਹੈ। ਉਹ ਸ਼ਬਦ ਹਨ ਬਾਬਾ ਕਬੀਰ ਸਾਹਿਬ ਜੀ ਦੇ, ਕਹਿਣ ਲੱਗੇ, ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗਲੇ
ਸੁਣ ਬਿਨਤੀ ਮੇਰੀ, ਹੋਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਇਸ ਦੇ ਅਰਥ ਹਨ, ਦਾਤਾ ਜੀ ਮੈਨੂੰ ਕਰਵੱਤਰ ਆਰੇ ਦੇ ਨਾਲ ਆਪਣਾ ਤਨ ਚਰਵਾ ਲੈਣਾ ਮਨਜ਼ੂਰ ਹੈ, ਪਰ ਤੁਹਾਡੀ ਪਿੱਠ ਮਨਜ਼ੂਰ ਨਹੀਂ। ਇਸੇ ਸ਼ਬਦ ਦੇ ਨਾਲ ਮਿਲਦਾ ਜੁਲਦਾ ਇੱਕ ਸਲੋਕ ਭਗਤ ਸ਼ੇਖ ਫਰੀਦ ਸਾਹਿਬ ਜੀ ਦਾ, ਫਰੀਦਾ ਬਾਰ ਪ੍ਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਇਵੇਂ ਰੱਖ ਸੀ ਜੀਓ ਸਰੀਰੋਂ ਲੇ। ਕਹਿਣ ਲੱਗੇ ਦਾਤਾ ਜੀ, ਮੈਂ ਤੁਹਾਡੇ ਦਰ ਨੂੰ ਛੱਡ ਕੇ ਕਦੀ ਕਿਸੇ ਹੋਰ ਦੇ ਦਰ ਦਾ ਮੁਥਾਜ ਨਾ ਬਣਾ, ਮੇਰੇ ਜੀਵਨ ਦੇ ਵਿੱਚ ਕਦੀ ਵੀ ਐਸਾ ਸਮਾਂ ਨਾ ਆਵੇ। ਹਾਂ, ਜੇ ਕਦੇ ਕਿਧਰੇ ਐਸਾ ਸਮਾਂ ਮੇਰੇ ਜੀਵਨ ਦੇ ਵਿੱਚ ਬਣ ਵੀ ਜਾਵੇ, ਜੇ ਕਿਧਰੇ ਐਸੀ ਘੜੀ ਆ ਵੀ ਜਾਵੇ, ਤਾਂ ਇੱਕ ਪਰਉਪਕਾਰ ਇੱਕ ਰਹਿਮੋ ਕਰਮ ਕਰਿਓ। ਕਹਿਣ ਲੱਗੇ, ਜੇ ਤੂੰ ਇਵੇਂ ਰੱਖ ਸੀ, ਜੇ ਮੈਂ ਤੁਹਾਡੇ ਦਰ ਨੂੰ ਛੱਡ ਕੇ ਕਿਸੇ ਹੋਰ ਦੇ ਦਰ ਦਾ ਮੁਥਾਜ ਹੋਵਾਂ, ਜੀਓ ਸਰੀਰੋਂ ਲੇ, ਮੇਰੇ ਸਰੀਰ ਦੇ ਵਿੱਚੋਂ ਮੇਰੀ ਜਿੰਦ ਨੂੰ ਕੱਢ ਲਿਓ, ਕਿਉਂਕਿ ਮੈਂ ਤੁਹਾਡੇ ਦਰ ਘਰ ਨੂੰ ਛੱਡ ਕੇ ਜਿਹੜਾ ਜੀਵਨ ਜਿਉਣਾ ਹੈ ਉਹ ਮੈਨੂੰ ਪ੍ਰਵਾਨ ਨਹੀਂ। ਇਸੇ ਸ਼ਬਦ ਦੇ ਨਾਲ ਮਿਲਦੇ ਜੁਲਦੇ ਗੁਰਬਾਣੀ ਦੇ ਵਿੱਚੋਂ ਵਾਕ ਭਗਤ ਰਵਿਦਾਸ ਜੀ ਦੇ, ਕਹਾਂ ਪਇਓ ਜੋ ਤਨ ਪਇਓ ਛਿਨ ਛਿਨ। ਕਹਿਣ ਲੱਗੇ, ਕੋਈ ਪ੍ਰਵਾਹ ਨਹੀਂ, ਭਾਵੇਂ ਮੇਰਾ ਤਨ ਜਿਹੜਾ ਹੈ ਭੋਰਾ ਭੋਰਾ ਮਾਸਾ ਮਾਸਾ ਕਰਕੇ ਕੱਟ ਦਿੱਤਾ ਜਾਵੇ। ਕਹਾਂ ਪਇਓ ਜੋ ਤਨ ਪਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਤੇਰੇ ਜਨ ਨੂੰ, ਤੇਰੇ ਸੇਵਕ ਨੂੰ ਤਾਂ ਇੱਕੋ ਹੀ ਡਰ ਹੁੰਦਾ ਹੈ ਕਿ ਮੇਰਾ ਤੁਹਾਡੇ ਨਾਲੋਂ ਕਿਧਰੇ ਵੀ ਪ੍ਰੇਮ ਨਾ ਟੁੱਟ ਜਾਵੇ। ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਚੀਤ, ਜਿਹੜਾ ਤੁਹਾਡੇ ਨਾਲ ਚਿੱਤ ਲੱਗਾ ਹੋਇਆ ਸੀ ਉਹਦੇ ਵਿੱਚ ਕਿਧਰੇ ਕੋਈ ਵਿਘਨ ਨਾ ਪੈ ਜਾਵੇ। ਰੱਬ ਜੀ ਦੇ ਸੇਵਕ, ਰੱਬ ਜੀ ਦੇ ਪਿਆਰਿਆਂ ਦੇ ਲਈ ਔਖੀ ਘੜੀ ਜਿਹੜੀ ਹੈ ਉਹ ਕੀ ਹੁੰਦੀ ਹੈ? ਰੱਬ ਜੀ ਦੀ ਵਿਚਾਰ ਦੇ ਨਾਲੋਂ ਟੁੱਟਣਾ, ਰੱਬੀ ਸਿਧਾਂਤਾਂ ਤੋਂ ਦੂਰ ਹੋ ਜਾਣਾ ਹੀ ਅਸਲ ਦੇ ਵਿੱਚ ਔਖੀ ਘੜੀ ਹੁੰਦੀ ਹੈ। ਪਰ ਜਦੋਂ ਆਪਾਂ ਆਮ ਤੌਰ 'ਤੇ ਇਸ ਦੇ ਅਰਥ ਸਮਾਜ ਦੇ ਵਿੱਚ ਵੇਖਦੇ ਹਾਂ, ਜਾਂ ਸਮਾਜ ਦੇ ਜਿਹੜੇ ਲੋਕਾਂ ਨੂੰ ਗੁਰਬਾਣੀ ਦੀ ਸਮਝ ਨਹੀਂ, ਜਿਨ੍ਹਾਂ ਨੇ ਗੁਰਬਾਣੀ ਦਾ ਕੇਵਲ ਪਾਠ ਕਰਨ ਵੱਲ ਜ਼ਿਆਦਾ ਧਿਆਨ ਦਿੱਤਾ, ਗੁਰਬਾਣੀ ਦੇ ਇਸ ਸ਼ਬਦ ਦੀ ਬਰੀਕੀ ਨੂੰ ਸਮਝਿਆ ਨਹੀਂ, ਉੱਥੇ ਇਹਦੇ ਅਰਥੇ ਕੀਤੇ ਜਾਂਦੇ ਹਨ ਕਿ ਦਾਤਾ ਜੀ ਤੁਸੀਂ ਮੈਨੂੰ ਔਖੀ ਘੜੀ ਨਾ ਦੇਖਣ ਦਿਓ। ਔਖੀ ਘੜੀ ਤੋਂ ਭਾਵ ਸਮਝਿਆ ਜਾਂਦਾ ਹੈ ਕਿ ਸਰੀਰ ਨੂੰ ਦੁੱਖ ਨਾ ਮੈਨੂੰ ਕਿਧਰੇ ਕੋਈ ਮਿਲੇ, ਜਾਂ ਮੇਰੇ ਨਿਰੰਤਰ ਚੱਲ ਰਹੇ ਜੀਵਨ ਦੇ ਵਿੱਚ ਕਿਧਰੇ ਕੋਈ ਵਿਘਨ ਨਾ ਪਵੇ। ਹੁਣ ਆਪਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਹਾਂ, ਕਿਉਂਕਿ ਉਹਨਾਂ ਦਾ ਇਹ ਸ਼ਬਦ ਹੈ, ਜੇ ਸਰੀਰ ਨੂੰ ਦੁੱਖ ਮਿਲਣਾ ਔਖੀ ਘੜੀ ਹੈ ਤਾਂ ਪਿਆਰਿਓ ਇਹ ਸ਼ਬਦ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਉਹਨਾਂ ਨੂੰ ਲਾਹੌਰ ਸ਼ਹਿਰ ਦੇ ਵਿੱਚ ਵਕਤ ਦੀ ਹਕੂਮਤ ਨੇ, ਵਕਤ ਦੀ ਸਰਕਾਰ ਨੇ ਤੱਤੀ ਤਵੀ ਦੇ ਉੱਪਰ ਬਿਠਾ ਕੇ ਸੀਸ ਦੇ ਵਿੱਚ ਗਰਮ ਰੇਤੇ ਪਾਏ ਔਰ ਉਹਨਾਂ ਦੇ ਸਰੀਰ ਨੂੰ ਜਿਹੜਾ ਅੱਗ ਦੇ ਨਾਲ ਬਿਲਕੁਲ ਨਿਡਾਲ ਹੋ ਚੁੱਕਾ ਸੀ, ਤਸੀਹਿਆਂ ਦੇ ਨਾਲ ਤਸ਼ੱਦਦ ਦੇ ਨਾਲ ਬਿਲਕੁਲ ਨਿਡਾਲ ਹੋ ਚੁੱਕਾ ਸੀ, ਉਸ ਸਰੀਰ ਨੂੰ ਵਹਿੰਦੇ ਹੋਏ ਪਾਣੀ ਦੇ ਵਿੱਚ ਰੋੜ ਦਿੱਤਾ। ਜੇ ਆਪਾਂ ਸਰੀਰ ਨੂੰ ਦੁੱਖ ਮਿਲਣ ਨੂੰ ਔਖੀ ਘੜੀ ਆਖਾਂਗੇ ਤਾਂ ਹਜ਼ੂਰ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾ ਦਿੱਤਾ, ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ? ਰੱਬ ਜੀ ਦੇ ਪਿਆਰਿਆਂ ਦੇ ਲਈ ਸਰੀਰ ਨੂੰ ਦੁੱਖ ਮਿਲਣਾ ਔਖੀ ਘੜੀ ਨਹੀਂ, ਰੱਬ ਜੀ ਦੇ ਸਿਧਾਂਤ ਤੋਂ ਮੁਣਕੁਰ ਹੋਣਾ ਹੀ ਅਸਲ ਦੇ ਵਿੱਚ ਔਖੀ ਘੜੀ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦੇ ਲਈ ਤੱਤੀ ਤਵੀ ਦੇ ਉੱਤੇ ਬੈਠਣਾ ਔਖੀ ਘੜੀ ਨਹੀਂ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਲਈ ਵਕਤ ਦੀ ਹਕੂਮਤ ਜਿਹੜੀ ਸਰਕਾਰ ਹੈ, ਜਹਾਂਗੀਰ ਦੇ ਕਹੇ ਹੋਏ ਬੋਲਾਂ ਨੂੰ ਮੰਨ ਲੈਣਾ, ਸਵੀਕਾਰ ਕਰ ਲੈਣਾ ਹੀ ਅਸਲ ਦੇ ਵਿੱਚ ਔਖੀ ਘੜੀ ਹੈ। ਜ਼ਕਰੀਆ ਖਾਨ ਸ਼ਹੀਦ ਭਾਈ ਤਾਰੂ ਸਿੰਘ ਪੂਲਾ ਜੀ ਦੇ ਅੱਗੇ ਕੁਝ ਸ਼ਰਤਾਂ ਰੱਖਦਾ ਹੈ, ਕਹਿੰਦਾ ਕਿ ਜੇ ਤੁਹਾਨੂੰ ਆਹ ਸ਼ਰਤਾਂ ਮਨਜ਼ੂਰ ਹਨ ਤਾਂ ਫਿਰ ਤੁਹਾਡਾ ਜਿਹੜਾ ਜੀਵਨ ਹੈ ਬਖਸ਼ ਦਿੱਤਾ ਜਾਵੇਗਾ, ਤੁਹਾਨੂੰ ਛੱਡ ਦਿੱਤਾ ਜਾਵੇਗਾ। ਭਾਈ ਤਾਰੂ ਸਿੰਘ ਨਗਰ ਪੂਲਿਆਂ ਦੇ ਵਸਨੀਕ, ਉਹਨਾਂ ਦੇ ਲਈ ਔਖੀ ਘੜੀ ਖੋਪਰ ਨੂੰ ਲਵਾ ਲੈਣਾ ਨਹੀਂ, ਉਹਨਾਂ ਦੇ ਲਈ ਔਖੀ ਘੜੀ ਹੈ ਜਹਾਂਗੀਰ ਦੀ ਗੱਲ ਨੂੰ ਮੰਨ ਲੈਣਾ। 18ਵੀਂ ਸਦੀ ਦਾ ਆਪਾਂ ਇਤਿਹਾਸ ਪੜ੍ਹਦੇ ਹਾਂ, ਬੜਾ ਲੰਬੇਰਾ ਸਮਾਂ ਗੁਰੂ ਕੇ ਖਾਲਸੇ ਦਾ ਜਿਹੜਾ ਘਰ ਹੈ ਉਹ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਰਿਹਾ।
ਗੁਰੂ ਕੇ ਸਿੱਖਾਂ ਦਾ ਬਾਲ ਬੱਚਾ ਪੀੜ ਦਿੱਤਾ ਗਿਆ, ਘਰ ਘਾਟ ਉਜਾੜ ਦਿੱਤੇ ਗਏ। ਉਹਨਾਂ ਦੇ ਕੋਲ ਨਾ ਤਾਂ ਰਹਿਣ ਦੇ ਲਈ ਚੰਗੇ ਮਹੱਲ ਸਨ, ਚੰਗੇ ਅਲੀਸ਼ਾਨ ਘਰ ਸਨ, ਔਰ ਨਾ ਹੀ ਤਨ ਨੂੰ ਢੱਕਣ ਦੇ ਲਈ ਸੁੰਦਰ ਵਸਤਰ ਸਨ, ਨਾ ਹੀ ਉਧਰ ਪੂਰਤੀ ਦੇ ਲਈ, ਪੇਟ ਪੂਰਤੀ ਦੇ ਲਈ ਚੰਗੇ ਪਕਵਾਨ ਸਨ। ਪਰ ਫਿਰ ਵੀ ਉਹ ਰੱਬੀ ਰੰਗ ਦੇ ਵਿੱਚ ਮੌਜਾਂ ਮਾਣਦੇ ਹੋਏ ਆਪਣੀ ਜ਼ੁਬਾਨ ਤੋਂ ਕਦੀ ਵੀ ਉਹਨਾਂ ਨੇ ਢਹਿੰਦੀ ਕਲਾ ਦੇ ਬੋਲ ਨਹੀਂ ਲਿਆਉਂਦੇ। ਆਪਣੀ ਜ਼ੁਬਾਨ ਤੋਂ ਉਹਨਾਂ ਨੇ ਵਾਹਿਗੁਰੂ ਮਹਾਰਾਜ ਜੀ ਦੇ ਹੁਕਮ ਨੂੰ ਮੰਨਦੇ ਹੋਏ ਜਕਾਰੇ ਗੁੰਜਾਏ, ਕਿਉਂਕਿ ਉਹਨਾਂ ਨੂੰ ਪਤਾ ਸੀ ਸਰੀਰ 'ਤੇ ਦੁੱਖ ਆ ਰਹੇ ਹਨ, ਕੋਈ ਗੱਲ ਨਹੀਂ, ਪਰ ਅਸੀਂ ਆਪਣੇ ਗੁਰੂ ਮਹਾਰਾਜ ਜੀ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦੇ ਰਹੇ ਹਨ। ਗੁਰੂ ਕੇ ਸਿੱਖ ਦੇ ਲਈ ਔਖੀ ਕੜੀ ਬਣਦੀ ਹੀ ਉਦੋਂ ਹੈ ਜਦੋਂ ਉਹ ਗੁਰੂ ਦੇ ਸਿਧਾਂਤ ਤੋਂ ਮੁੜਕਰ ਹੋ ਜਾਂਦਾ ਹੈ, ਗੁਰੂ ਸਿੱਖਿਆ ਤੋਂ ਪਾਸਾ ਵੱਟ ਲੈਂਦਾ ਹੈ। ਇਸ ਕਰਕੇ ਇੱਕ ਸੱਚਾ ਜਗਿਆਸੂ, ਇੱਕ ਸੱਚਾ ਧਰਮੀ ਪੁਰਸ਼ ਹਮੇਸ਼ਾ ਰੱਬ ਜੀ ਦੇ ਅੱਗੇ ਇਹੀ ਅਰਦਾਸ ਜੋਦੜੀ ਕਰਦਾ ਹੈ, ਦਾਤਾ ਜੀ ਮੈਂ ਤੁਹਾਡੇ ਦਰ ਘਰ ਦੇ ਨਾਲੋਂ ਕਿਧਰੇ ਵੀ ਕਿਤੇ ਵੀ ਦੂਰ ਨਾ ਹੋਵਾਂ, ਇਹੀ ਮੇਰੇ ਲਈ ਔਖੀ ਘੜੀ ਹੈ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਆਪਾਂ ਪੜ੍ਹਦੇ ਹਾਂ, ਜਿੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ, ਮੇਰੇ ਲਈ ਕਲਯੁੱਗ ਦਾ ਸਮਾਂ ਬਣ ਜਾਂਦਾ ਹੈ ਦਾਤਾ ਜੀ, ਜਦੋਂ ਤੁਸੀਂ ਮੈਨੂੰ ਨਹੀਂ ਮਿਲਦੇ, ਜਦੋਂ ਮੈਂ ਤੁਹਾਡੀ ਵਿਚਾਰ ਦੇ ਨਾਲੋਂ ਥੋੜ੍ਹਾ ਦੂਰ ਹੋ ਜਾਂਦਾ ਹਾਂ, ਇਸ ਕਰਕੇ ਮੇਰੇ ਲਈ ਔਖੀ ਘੜੀ ਬਣ ਜਾਂਦੀ ਹੈ। ਹੁਣ ਸੱਚੇ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਵੀ ਜਿਹੜੀ ਬਖਸ਼ਿਸ਼ ਕੀਤੀ ਹੈ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ, ਹੱਥ ਦੇ ਕੇ ਆਪਣੇ ਸੇਵਕਾਂ ਦੀ ਰਾਖੀ ਕਰਦਾ ਹੈ ਮਾਲਕ, ਅਤੇ ਸਾਹ ਸਾਹ ਦੇ ਨਾਲ ਉਹਨਾਂ ਦੀ ਪ੍ਰਤਪਾਲਨਾ ਕਰਦਾ ਹੈ। ਇਹ ਸ਼ਬਦ ਦਾ ਪਹਿਲਾ ਬੰਦ, ਔਰ ਸ਼ਬਦ ਦਾ ਰਹਾਉ ਵਾਲਾ ਬੰਦ ਆਪਾਂ ਪਹਿਲਾਂ ਵਿਚਾਰ ਚੁੱਕੇ ਹਾਂ। ਹੁਣ ਸ਼ਬਦ ਦੇ ਅਖੀਰਲੇ ਬੰਦ ਵੱਲ ਧਿਆਨ ਦਿੰਦੇ ਹਾਂ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਇੱਥੇ ਵੀ ਸਾਨੂੰ ਸ਼ਬਦ ਦੇ ਸਹੀ ਵਿਸ਼ਰਾਮ ਵੱਲ ਧਿਆਨ ਦੇਣਾ ਪਵੇਗਾ। ਕਈ ਵਾਰ ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ, ਮਾਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਇਸ ਪ੍ਰਕਾਰ ਇਸ ਤਰੀਕੇ ਦੇ ਨਾਲ ਅਸੀਂ ਇਸ ਸ਼ਬਦ ਨੂੰ ਪੜ੍ਹਦੇ ਹਾਂ, ਪਰ ਇਸ ਸ਼ਬਦ ਦਾ ਸਹੀ ਵਿਸ਼ਰਾਮ ਜਿਹੜਾ ਹੈ, ਮਾਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਕਹਿਣ ਲੱਗੇ ਮਨ ਦੇ ਵਿੱਚ ਸਦਾ ਖੇੜਾ ਬਣਿਆ ਰਹਿੰਦਾ ਹੈ, ਸਦਾ ਵਿਗਾਸ ਬਣਿਆ ਰਹਿੰਦਾ ਹੈ, ਔਰ ਮਾਲਕ ਦੇ ਹੈਰਾਨ ਕਰ ਦੇਣ ਵਾਲੇ ਕੌਤਕ ਦੇਖ ਕੇ ਮਾਲਕ ਦੇ ਹੀ ਹੋ ਗਏ। ਦੁਬਾਰਾ ਫਿਰ ਦੁਹਰਾਉਣਾ ਹਾਂ ਜੀ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ, ਮਾਲਕ ਜੀ ਦੇ ਹੈਰਾਨ ਕਰ ਦੇਣ ਵਾਲੇ ਕੌਤਕ ਦੇਖ ਕੇ ਮਨ ਦੇ ਵਿੱਚ ਸਦਾ ਹੀ ਖੇੜਾ ਬਣਿਆ ਰਹਿੰਦਾ ਹੈ, ਵਿਗਾਸ ਬਣਿਆ ਰਹਿੰਦਾ ਹੈ, ਆਨੰਦ ਬਣਿਆ ਰਹਿੰਦਾ ਹੈ, ਅਤੇ ਮਾਲਕ ਦੇ ਹੀ ਹੋ ਗਏ। ਕਹਿਣ ਲੱਗੇ ਹਰ ਸਿਮਰ ਸਿਮਰ ਆਨੰਦ ਕਰ ਨਾਨਕ, ਪ੍ਰਭ ਪੂਰਨ ਪੈਜ ਰਖਾਈ ਹੇ ਨਾਨਕ, ਤੂੰ ਵੀ ਉਸ ਮਾਲਕ ਦੇ ਗੁਣਾਂ ਨੂੰ ਗਾ ਕੇ ਉਸ ਮਾਲਕ ਦੇ ਗੁਣਾਂ ਦਾ ਸਿਮਰਨ ਕਰਕੇ ਉਸ ਮਾਲਕ ਦੇ ਗੁਣਾਂ ਦਾ ਆਨੰਦ ਮਾਣਦਾ ਹੋਇਆ ਜੀਵਨ ਬਤੀਤ ਕਰ, ਪ੍ਰਭ ਪੂਰਨ ਪੈਜ ਰਖਾਈ, ਜਿਹੜਾ ਪੂਰਨ ਕਿਰਪਾ ਰੱਖ ਲੈਂਦਾ ਹੈ, ਇਸ ਕਰਕੇ ਪੂਰਨ ਪੈਜ ਰੱਖ ਲੈਂਦਾ ਹੈ, ਉਸ ਮਾਲਕ ਦੇ ਗੁਣ ਗਾ ਜਿਹੜਾ ਪੂਰਨ ਪੈਜ ਰੱਖਦਾ ਹੈ। ਸੋ ਇਹ ਇਸ ਸ਼ਬਦ ਦੇ ਕੁਝ ਅੱਖਰੀ ਅਰਥ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਦੁਆਰਾ ਜਿਹੜੇ ਕੀਤੇ ਹੋਏ ਸਨ, ਸ਼ਬਦ ਦੀ ਵਿਸ਼ਰਾਮ ਸੇਧ ਔਰ ਸ਼ਬਦ ਦਾ ਸਹੀ ਉਚਾਰਨ ਆਪ ਸਿੱਖ ਸੰਗਤਾਂ ਦੇ ਨਾਲ ਸਾਂਝਾ ਕੀਤਾ ਹੈ। ਸੋ ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ, ਪ੍ਰਵਾਨੋ ਜੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।